ਕਿਸ ਨੂੰ ਮਿਲੇਗਾ ਪਿਆਰ, ਖਤਮ ਹੋਇਆ ਇੰਤਜ਼ਾਰ। 15 ਅਕਤੂਬਰ ਨੂੰ ਲੱਗੇਗਾ ਪਤਾ ਕੌਣ ਹੋਵੇਗਾ ਪਿੰਡ ਦਾ ਸਰਦਾਰ। ਬਹੁਤ ਲੋਕਾਂ ਦੇ ਸਟੇਟਸਾਂ 'ਚ ਇਹ ਗਾਣਾ ਲੱਗਣ ਜਾ ਰਿਹਾ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ, ਘੜੀਆਂ ਦੀ ਟਿਕ ਟਿਕ ਬੰਦ ਹੋਈ ਤਾਂ ਦਿਲਾਂ ਦੀ ਧੜਕਣ ਵੀ ਧੱਕ ਧੱਕ ਵੱਧ ਗਈ। ਜਿਸਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਉਹ ਇੰਤਜ਼ਾਰ ਹੁਣ ਖਤਮ ਹੋ ਗਿਆ। ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ। ਜੀ ਹਾਂ, ਪੰਜਾਬ ਦੇ ਪਿੰਡਾਂ 'ਚ 15 ਅਕਤੂਬਰ ਨੂੰ ਨਵੇਂ ਸਰਪੰਚ ਮਿਲ ਜਾਣਗੇ। ਇੱਕ ਪਾਸੇ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਇਆ ਤਾਂ ਦੂਜੇ ਪਾਸੇ ਚੋਣਾਂ ਦਾ ਮੌਸਮ ਵੀ ਆ ਗਿਆ। ਜਿਵੇਂ ਜਿਵੇਂ ਗਰਮੀ ਘਟੇਗੀ ਉਵੇਂ ਉਵੇਂ ਹੁਣ ਚੁਣਾਵੀ ਗਰਮੀ ਵਧੇਗੀ। ਦੱਸ ਦਈਏ ਕਿ 15 ਅਕਤੂਬਰ ਨੂੰ ਪੈਣੀਆਂ ਨੇ ਵੋਟਾਂ, 27 ਸਤੰਬਰ ਨੂੰ ਚੋਣਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋਏਗਾ, 27 ਤੋਂ ਹੀ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋਏਗੀ, 4 ਅਕਤੂਬਰ ਨਾਮਜ਼ਦਗੀ ਦੀ ਆਖਰੀ ਤਰੀਕ ਹੈ, 5 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਸ਼ੁਰੂ ਹੋਏਗੀ, 7 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਨੇ, ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣੀਆਂ ਨੇ। ਇਲੈਕਸ਼ਨ 15 ਅਕਤੂਬਰ 2024 ਨੂੰ ਹੋਣਗੇ ਔਰ ਇਲੈਕਸ਼ਨ ਦੌਰਾਨ ਜਿਹੜੀ ਪੋਲਿੰਗ ਦਾ ਸਮਾਂ ਹੈ ਉਹ ਕਾਨੂੰਨ ਅਨੁਸਾਰ 8 ਘੰਟੇ ਘੱਟੋ ਘੱਟ ਦੇਣੇ ਹੁੰਦੇ ਆ। ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਹੋਵੇਗੀ, ਕਾਊਂਟਿੰਗ ਜਿਹੜੀ ਹੈਗੀ ਹੈ ਉਸੀ ਪੋਲਿੰਗ ਬੂਥ ਵਿੱਚ ਕੀਤੀ ਜਾਵੇਗੀ। ਜ਼ਿਕਰੇ ਖਾਸ ਹੈ ਕਿ ਪੰਜਾਬ 'ਚ ਕੁੱਲ 13,237 ਗ੍ਰਾਮ ਪੰਚਾਇਤਾਂ, ਪੰਚਾਇਤ ਸਮਿਤੀਆਂ 153, ਜ਼ਿਲ੍ਹਾ ਪ੍ਰੀਸ਼ਦ 22 ਹਨ ਅਤੇ 1,33,97,932 ਵੋਟਰ ਨੇ ਜਿਨ੍ਹਾਂ ਦੇ ਲਈ 19,110 ਪੋਲਿੰਗ ਬੂਥ ਬਣਾਏ ਗਏ ਨੇ। ਉੱਥੇ ਹੀ ਉਮੀਦਵਾਰਾਂ ਦੇ ਲਈ 100 ਰੁਪਏ ਨਾਮਜ਼ਦਗੀ ਫੀਸ ਰੱਖੀ ਗਈ ਹੈ। ਸਰਪੰਚ ਦੇ ਲਈ ਖਰਚਾ ਹੱਦ 40,000 ਰੁਪਏ, ਪੰਚਾਂ ਦੇ ਲਈ 30,000 ਰੁਪਏ ਖਰਚਾ ਹੱਦ ਤੈਅ ਕੀਤੀ ਗਈ ਹੈ। ਸਰਪੰਚਾਂ ਦੇ ਲਈ 38 ਚੋਣ ਨਿਸ਼ਾਨ ਜਦਕਿ ਪੰਚਾਂ ਦੇ ਲਈ 70 ਚੋਣ ਨਿਸ਼ਾਨ ਅਲਾਟ ਕੀਤੇ ਗਏ ਨੇ। ਇਸ ਵਾਰ ਕਿਸੇ ਵੀ ਪਾਰਟੀ ਦੇ ਚਿੰਨ੍ਹ 'ਤੇ ਚੋਣ ਨਹੀਂ ਲੜੀ ਜਾਏਗੀ। ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਵੱਲੋਂ ਸੂਚਨਾ ਪ੍ਰਾਪਤ ਹੋਈ ਹੈ 13,237 ਗ੍ਰਾਮ ਪੰਚਾਇਤ ਹੈਗੀ ਹੈ ਸਟੇਟ ਵਿੱਚ, 19,110 ਪੋਲਿੰਗ ਬੂਥ ਬਣਨਗੇ ਪੂਰੇ 19,110 ਪੋਲਿੰਗ ਬੂਥਸ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਬਣਨਗੇ ਔਰ ਟੋਟਲ ਜਿਹੜੀ ਇਲੈਕਟੋਰੇਟ ਹੈ ਉਹ 1,33,97,932 ਹੈ। ਉਮੀਦਵਾਰ ਹੈਗੀ ਹੈ ਸਰਪੰਚ ਜਾਂ ਪੰਚ ਵਾਸਤੇ ਉਹਨਾਂ ਨੂੰ ਨੋਮੀਨੇਸ਼ਨ ਫੀਸ ਦਾ ਇੱਕ ਰੂਲਸ ਵਿੱਚ ਹੈਗਾ ਕਿ 100 ਰੁਪਏ ਨੋਮੀਨੇਸ਼ਨ ਫੀਸ ਉਹਨਾਂ ਨੂੰ ਨਾਲ ਨੋਮੀਨੇਸ਼ਨ ਪੇਪਰ ਦੇ ਨਾਲ ਦੇਣੀ ਪੈਣੀ ਹੈ। ਜਿਹੜੇ ਐੱਸ ਸੀ ਔਰ ਬੀ ਸੀ ਕੈਂਡੀਡੇਟਸ ਹੈਗੇ ਆ ਉਹਨਾਂ ਨੂੰ ਇਸਦਾ 50% ਮੀਨਸ 50 ਰੁਪਏ ਨੋਮੀਨੇਸ਼ਨ ਫੀਸ ਦੇ ਨਾਲ ਭਰਨੀ ਪਏਗੀ। ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇੱਕ ਨੋਟਾ ਦਾ ਬਟਨ ਹੁੰਦਾ EVM ਦੇ ਥੱਲੇ, ਨਨ ਆਫ ਦੀ ਅਬਵ ਜੇਕਰ ਤੁਸੀਂ ਨਹੀਂ ਕਰਦੇ, ਉਹ ਵੀ ਅਸੀਂ ਪ੍ਰੋਸੀਜਰ ਅਡੋਪਟ ਕੀਤਾ ਹੈਗਾ। ਸੋ ਇਸ ਵਿੱਚ ਜਿਹੜੇ ਬੈਲਟ ਪੇਪਰ 'ਤੇ ਜਿਹੜੇ ਛੱਪਣਗੇ ਉਹ ਲਾਸਟ 'ਤੇ ਨਨ ਆਫ ਦੀ ਅਬਵ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਉਹ ਵੀ ਇੱਕ ਖਾਨਾ ਕੀਤਾ ਜਾਵੇਗਾ। ਕੌਣ ਹੋਵੇਗਾ ਪਿੰਡ ਦਾ ਸਰਦਾਰ, ਇਸ ਦਾ ਫੈਸਲਾ 15 ਅਕਤੂਬਰ ਨੂੰ ਹੋਏਗਾ। ਮੈਦਾਨ ਭਾਗਿਆ, ਸਰਕਾਰ ਨੇ ਸਰਬਸੰਮਤੀ ਦੇ ਨਾਲ ਚੁਣੇ ਜਾਣ ਵਾਲੀ ਪੰਚਾਇਤ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ ਕਿਹੜਾ ਪਿੰਡ ਸਰਬਸੰਮਤੀ ਦੇ ਨਾਲ ਪੰਚਾਇਤ ਚੁਣਦਾ ਹੈ ਅਤੇ ਕਿੱਥੇ ਵੋਟਾਂ ਹੁੰਦੀਆਂ ਨੇ। ਚੰਡੀਗੜ੍ਹ ਤੋਂ ਰਵਿੰਦਰ ਮੀਤ ਦੀ ਰਿਪੋਰਟ, PTC ਨਿਊਜ਼।